ਪ੍ਰਧਾਨ ਬਲਦੇਵ ਸਿੰਘ ਜੀ ਦਿਓਲ 5100 ਰੁਪਇਆ, ਰਘਵੀਰ ਸਿੰਘ ਜੀ ਬਾਜਵਾ 5100 ਰੁਪਇਆ, ਪਵਨ ਨਾਗਪਾਲ 5100 ਰੁਪਇਆ ਇੱਕ ਕੁਇੰਟਲ ਆਟਾ, ਦਲਵੀਰ ਸਿੰਘ ਜੀ ਐਕਸ ਐਮ ਸੀ 5100 ਰੁਪਇਆ, ਮੋਹਨ ਸਿੰਘ ਜੀ ਗਿੱਲ ਮਹਿਣੇ ਵਾਲੇ 5100 ਰੁਪਇਆ, ਛੋਟੂ ਰਾਮ ਡੂਕੀਆ ਸਰਪੰਚ ਨਾਨੂਆਣਾ 5100 ਰੁਪਇਆ, ਜਸਵੰਤ ਸਿੰਘ ਜੀ ਵਿਰਕ ਸਰਪੰਚ ਥੇੜੀ ਮੋਹਰ ਸਿੰਘ 5100 ਰੁਪਇਆ, ਨਿਰਮਲ ਸਿੰਘ ਅੰਗਰੇਜ਼ ਸਿੰਘ ਜੋਸਨ 5100 ਰੁਪਇਆ, ਗੁਰਵਿੰਦਰ ਸਿੰਘ ਐਮ ਸੀ ਵਾਰਡ ਨੰਬਰ 14 5100 ਰੁਪਇਆ, ਸਲਵੰਤ ਸਿੰਘ ਐਮ ਸੀ ਵਾਰਡ ਨੰਬਰ 12 5100 ਰੁਪਇਆ, ਅਜਮੇਰ ਸਿੰਘ ਜੀ ਭੜੋਲਿਆਂ ਵਾਲੇ 5100 ਰੁਪਇਆ, ਨਛੱਤਰ ਸਿੰਘ ਮੰਤਰੀ ਆਰ ਕੇ ਲਾਈਫ ਲਾਈਨ ਹੋਸਪਿਟਲ ਸਿਰਸਾ ਵਾਲੇ 5100 ਰੁਪਇਆ, ਗੁਰਮੇਲ ਸਿੰਘ ਉਰਫ ਮੇਲੂ ਪਤੀ ਪਾਤਸ਼ਾਹ ਵਾਰਡ ਨੰਬਰ 9 5100 ਰੁਪਇਆ, ਗੁਰਜੰਟ ਸਿੰਘ ਜੀ ਐਕਸ ਐਮ ਸੀ 5100 ਰੁਪਇਆ, ਮਾਸਟਰ ਬੂਟਾ ਸਿੰਘ ਜੀ ਕਾਲੋਂ 5100 ਰੁਪਇਆ, ਕਸ਼ਮੀਰ ਸਿੰਘ ਜੀ ਕਰੀਵਾਲਾ 5100 ਰੁਪਇਆ, ਜਰਨੈਲ ਸਿੰਘ ਜੀ ਚੰਦੇ 5100 ਰੁਪਇਆ, ਸਵਰਗਵਾਸੀ ਸਵਰਨਜੀਤ ਸਿੰਘ ਜੀ ਰੰਧਾਵਾ ਸੰਤ ਨਗਰ ਵਾਲੇ 5100 ਰੁਪਇਆ, ਨਰਿੰਦਰ ਸਿੰਘ ਜੀ ਗਿੱਲ ਟੋਟੀਆਂ ਵਾਲੇ ਵਾਲੇ ਹੈਲੋ 5100 ਰੁਪਇਆ, ਨਾਰ ਸਿੰਘ ਬਰਾੜ। ਹਾਂਜੀ ਮਾਸਟਰ ਜੀ, ਸਿਰਫ 2 ਮਿੰਟ। ਬਣਾ ਵਾਲੀ ਦੀ ਟੀਮ ਹੈ ਜਿਹੜੀ ਉਹ ਖੜ ਗਈ ਹੈ ਨਾਨੂਆਣੇ ਵਾਲੇ ਪਾਸੇ, ਬੋਦੀ ਵਾਲੀ ਦੀ ਟੀਮ ਹੈ ਜਿਹੜੀ ਉਹ ਰਾਣੀਆਂ ਸ਼ਹਿਰ ਵਾਲੇ ਪਾਸੇ ਖੜ ਗਈ ਹੈ। ਇਹ ਦਰਸ਼ਕ ਵੀਰੋ ਸੈਮੀਫਾਈਨਲ ਮੈਚ ਹੈ ਜਿਹੜਾ, ਇਹ ਪੂਰਾ ਚੋਟੀ ਦਾ ਖੇਡਿਆ ਜਾਊਗਾ ਕਿਉਂਕਿ ਦੋਵੇਂ ਟੀਮਾਂ ਮੰਨੀਆਂ ਪਰਮੰਨੀਆਂ ਹੈ। ਉਧਰਲੇ ਪਾਸੇ ਬਣਾ ਵਾਲੀ ਅਤੇ ਮੁਕਤਸਰ ਦਾ ਮੈਚ ਹੈ। ਪੁਆਇੰਟ ਦੱਸੋ ਜੀ, ਇਹ ਮੈਚ ਦੇ ਕਿੰਨੇ ਦੇਣੇ ਆ? ਮੇਰੀ ਬੇਨਤੀ ਹੈ ਪ੍ਰਬੰਧਕਾਂ ਨੂੰ, 20.5 ਅਤੇ 21 ਪੁਆਇੰਟ, 20.5 ਅਤੇ 21 ਪੁਆਇੰਟ ਜਿਹੜੀ ਟੀਮ ਦੇਓਗੇ ਜਿੱਤੂਗੀ। ਮਾਈਕ ਅਵਰ ਟੂ ਸਟੇਜ। ਮੰਗਾ ਜੀ ਤੁਸੀਂ ਕਰ ਲਓ, ਇੱਕ ਦਿਨ ਮੈਚ ਕਰਾ ਲਓ, ਉਸ ਤੋਂ ਬਾਅਦ। ਠੀਕ ਹੈ ਓਕੇ ਜੀ ਮਾਸਟਰ ਜੀ, ਧੰਨਵਾਦ ਹੈ। ਲਓ ਖੇਡ ਦੇ ਮੈਦਾਨ ਵਿੱਚ ਇਸ ਸਮੇਂ ਸ਼ਿਕਾਰੀ ਨਾਮ ਹੈ, ਸਿੱਖ ਵਾਲਾ ਪਿੰਡ ਹੈ, ਜ਼ਿਲ੍ਹਾ ਮੁਕਤਸਰ ਸਾਹਿਬ ਦੀ ਧਰਤੀ ਹੈ ਅਤੇ ਪੁਆਇੰਟ ਮੇਰੇ ਵੀਰੋ ਜਾਫੀਆਂ ਦੇ ਲਈ ਜੁੜ ਗਿਆ। ਇਹ ਆ ਨੌਜਵਾਨ ਸੁੱਚਾ ਖਰਾਜੀ ਬਣਾ ਵਾਲੀਆ ਲਾ ਤਕੜਾ ਜਾਫਾ ਆਪਦੀ ਟੀਮ ਦੇ ਲਈ ਅੰਕ ਜੁੜ ਗਿਆ। ਪਾ ਵੀ ਜਵਾਨਾ ਕਬੱਡੀ, ਬਲਕਰਨ ਸਿੰਘ ਨਾਮ ਹੈ, ਪਿਆਰ ਨਾਲ ਗੰਢੂ ਕਹਿੰਦੇ ਹੈ, ਭਾਈ ਬਗਤੌਰ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ। ਲਓ ਖੇਡ ਦੇ ਮੈਦਾਨ ਵਿੱਚ ਉਧਰਲੇ ਪਾਸੇ ਨੌਜਵਾਨ ਇਸ ਸਮੇਂ ਸਿੱਖ ਵੱਲ ਦੀ ਧਰਤੀ ਦਾ, ਖੇਡ ਦੇ ਮੈਦਾਨ ਵਿੱਚ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਲਓ ਖੇਡ ਦੇ ਮੈਦਾਨ ਵਿੱਚ ਵੱਜੀ ਕੈਂਚੀ, ਪਰ ਪੁਆਇੰਟ ਜਿਹੜਾ ਇਸ ਸਮੇਂ ਬਣਾ ਵਾਲੀ ਟੀਮ ਦੱਸਿਆ ਗਿਆ। ਚੱਲ ਵੀ ਬਲਕਰਨ ਸਿਆ ਪਾ ਕਬੱਡੀ, ਇਹ ਹੈ ਮਾਣਾ, ਅਗਲੀ ਕਬੱਡੀ ਮਾਣਾ ਬੋਦੀ ਵਾਲੇ ਪਿੰਡ ਦਾ। ਲਓ ਸਾਹਮਣੇ ਦੇਖਦੇ ਵੀ 2 ਜਾਫੀ ਇਸ ਸਮੇਂ ਮੁਕਾਬਲਾ ਕਰਦੇ ਹੈ, ਬੋਦੀ ਵਾਲਾ ਅਤੇ ਬਣਾ ਵਾਲੀਆਂ ਟੀਮਾਂ ਦਾ ਮੈਚ ਹੈ। ਫਰਕ ਦੇ ਡੌਲੇ ਮੈਨੂੰ ਲੱਗਦਾ ਕੁਝ ਵੀ ਕਰਾਉਣਗੇ, ਰੇਡਰ ਅਤੇ ਜਾਫੀ ਯਾਰੋ ਜਦੋਂ ਟਕਰਾਉਣਗੇ ਹੋਊ ਜਿੰਨਾ ਜ਼ੋਰ, ਫਿਰ ਲਾਉਣਾ ਹੁਣ ਪੈਣਾ ਹੈ। ਇੱਕ ਇੱਕ ਨੰਬਰ ਹੀ ਟੀਮਾਂ ਨੂੰ ਜਿਤਾਉਣਗੇ, ਮਿਹਨਤਾਂ ਦੇ ਰੰਗ ਅੱਜ ਕਿਹਦੇ ਵਾਰ ਆਉਣਗੇ, ਮਿਹਨਤਾਂ ਦੇ ਰੰਗ ਅੱਜ ਕਿਹਦੇ ਵਾਰ ਆਉਣਗੇ। ਲਓ ਦੇਖਦੇ ਵੀ ਕਿਹੜੀ ਟੀਮ ਨੇ ਬਾਜੀ ਮਾਰਨੀ ਆ, ਫਾਈਨਲ ਵਿੱਚ ਪ੍ਰਵੇਸ਼ ਕਰ ਜਾਣਾ ਹੈ। ਇਧਰਲੇ ਪਾਸੇ ਪੰਜਾਬ ਦੀਆਂ ਮੰਨੀਆਂ ਪਰਮੰਨੀਆਂ ਟੀਮਾਂ। ਲਓ ਖੇਡ ਮੈਦਾਨ ਵਿੱਚ ਬਲਕਰਨ ਸਿੰਘ ਗੰਡੂ ਭਾਈ ਬਖਤੌਰ ਦੀ ਧਰਤੀ ਦਾ, ਅੱਜ ਮਾਨਸਾ ਵਾਲਿਆਂ ਨੇ ਉਧਾਰਾ ਮੰਗ ਲਿਆ। ਉਧਰ 4 ਜਾਫੀ ਹੈ, ਪੂਰੀ ਵਿਉਂਤਬੰਦੀ ਬਣੀ ਹੋਈ ਹੈ। ਕੌਣ ਇਸ ਸਮੇਂ ਜੱਫੇ ਦੀ ਗੱਲ ਕਰੇਗਾ? ਇਹ ਆ ਲਵਲੀ, ਨੌਜਵਾਨ ਜੱਫਾ ਨਹੀਂ ਲਾ ਸਕਿਆ, ਪੁਆਇੰਟ ਮੇਰੇ ਵੀਰੋ ਰੇਡਰ ਦਾ। ਪਾ ਵੀ ਸ਼ਿਕਾਰੀ ਅਗਲੀ ਕਬੱਡੀ। ਲਓ ਸ਼ਿਕਾਰੀ ਸਿੱਖ ਵਾਲੇ ਦਾ ਜਿਹੜਾ ਤੀਰ ਨਿਸ਼ਾਨੇ ਖੁੰਝ ਜੇ, ਉਹ ਦੱਸੋ ਕਾਹਦਾ ਹਥਿਆਰ, ਉਹਦੀ ਜਿੱਤ ਯਕੀਨੀ ਦੋਸਤੋ, ਜਿਹੜਾ ਪਹਿਲਾ ਕਰਜ ਵਾਰ। ਲਓ ਦੇਖਦੇ ਵੀ ਕਿਹੜੀ ਟੀਮ ਜਿੱਤਦੀ ਹੈ, ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਨਾਲ, ਪਿੱਛੋਂ ਵਾਰ ਖੰਡੇ ਨਾਲ, ਚਾਰੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਯਾਰੋ। ਲੈ ਵੀ ਸੱਟ ਲੱਗੀ ਹਲਕੀ ਜੀ, ਕੋਈ ਆਵੇ ਬਲੀ ਪੈਗੰਬਰ ਹਿੱਸਾ ਜਿਹੜਾ ਰੋਕੇ ਪੈਦੀਆਂ ਸੱਟਾਂ ਨੂੰ, ਵੀ ਜੇ ਹੋ ਜਾਣ ਖੁੱਲ੍ਹੇ ਕੋਈ ਨਾ ਰੋਕੇ ਜਾਂਜੂਗੇ ਭੱਟਾਂ ਨੂੰ, ਕੌਡੀ ਜਾਵੇ ਵਿੱਚ ਓਲੰਪਿਕ ਨੱਸਦੀ ਜੀ, ਇਹ ਤਾਂ ਮਾਂ ਹੈ ਸਾਡੀ, ਮਾਂ ਤਾਂ ਚੰਗੀ ਲੱਗਦੀ ਹੱਸਦੀ ਜੀ। ਲਓ ਸੱਟ ਵੱਜੀ ਹੈ, ਪਰਮਾਤਮਾ ਮਿਹਰ ਕਰੇ ਇਸ ਖਿਡਾਰੀ ਦਾ ਬਾਲ ਵੀ ਵਿੰਗਾ ਨਾ ਹੋਵੇ। ਬਾਬਾ ਪ੍ਰੀਤਮ ਸਿੰਘ ਜੀ ਕਿਰਪਾ ਕਰਨ, ਮੂਵ ਸਪਰੇ ਗਰਾਊਂਡ 'ਚ ਭੇਜੋ ਜੀ, ਮੂਵ ਸਪਰੇ। ਨਾਲ ਹੀ ਸਾਊਂਡ ਮਾਈਟਰ ਨੂੰ ਬੇਨਤੀ, ਅੱਜ ਤਾਂ ਲਾਸਟ ਮੈਚ ਰਹਿ ਗਿਆ, ਕੱਲ੍ਹ ਨੂੰ ਸੈਟਿੰਗ ਜਿਹੜੀ ਪੂਰੀ ਕਰ ਲਈ, ਕਿਉਂਕਿ ਆਵਾਜ਼ ਦੂਰ ਤੱਕ ਜਾਣੀ ਚਾਹੀਦੀ ਹੈ। ਟੀਮਾਂ ਪੂਰੀਆਂ ਆ ਰਹੀਆਂ ਹਰਿਆਣੇ ਪੰਜਾਬ ਦੀਆਂ ਚੋਟੀ ਦੀਆਂ।
ਆਪਣਾ ਹੋਰ ਦੇ ਮੜੇ ਆ ਜੁਗਣੂ ਜੋਰੂ ਕਿ ਜੋਧੂ ਬੋਧੀ ਵੱਲ ਦਾ ਆ ਕੇ ਸ਼ਿਕਾਰੀ ਨਾਲ ਜਾਵੇ ਬੇਨਤੀ ਹੈ ਮੇਰੀ ਸਿੱਖ ਵੱਲ ਦਾ ਜਿਹੜਾ ਭੱਜ ਕੇ ਜਾ ਵੀ ਆਪਦੇ ਪਲੇਅਰ ਦੇ ਨਾਲ ਕਿਉਂਕਿ ਸੱਟ ਲੱਗੀ ਹਲਕੀ ਜੀ ਆਉਂਦਾ ਜੇ ਮੁੰਡਾ ਉਹ ਆ ਗਿਆ ਆ ਹੂਟਰ ਵੱਲ ਨੂੰ ਫੜਾ ਦੇ ਤੇਰਾ ਸਮਾਨ ਤੇ ਨਾਲ ਚੱਲਿਆ ਜਾ ਕੱਪੜੇ ਲੈ ਜਾ ਉਹਦੇ ਲਓ ਸੱਚੇ ਪਾਤਸ਼ਾਹ ਬਾਬਾ ਪ੍ਰੀਤਮ ਸਿੰਘ ਜੀ ਕਿਰਪਾ ਕਰਨ ਕਿਸੇ ਵੀ ਖਿਡਾਰੀ ਦਾ ਬਾਲ ਨਾ ਵਿੰਗਾ ਹੋਵੇ ਇਸ ਧਰਤੀ ਤੇ ਮੈਚ ਦੀ ਸ਼ੁਰੂਆਤ ਹਾਂਜੀ ਉਹ ਲੋਈ ਹੈ ਬੱਚਿਓ ਲੋਈ ਦਿਓ ਨਾਲ ਲੋਈ ਲੈ ਕੇ ਜਾਵੇ ਲਓ ਖੇਡ ਮੈਦਾਨ ਵਿੱਚ ਜੰਕਾ ਬਣਾ ਵਾਲੀ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲੋ ਸਾਹਮਣੇ ਚਾਰ ਜਾਫੀ ਸਾਹਮਣਾ ਕਰਦੇ ਹੈ ਉਧਰਲੇ ਪਾਸੇ ਨੌਜਵਾਨ ਬੋਧੀ ਵਾਲੇ ਪਿੰਡ ਦਾ ਮਾਰ ਤਕੜਾ ਜੱਫਾ ਪੁਆਇੰਟ ਆਫ ਦੀ ਟੀਮ ਦੇ ਲਈ ਜੋੜ ਦਿੰਦਾ ਹੈ ਕਿ ਮੀਆਂ ਬਿੰਡੀਆਂ ਕਾਲਾ ਭੱਜਦਾ ਜਿਵੇਂ ਬੈਲ ਗੱਡੀਆਂ ਦੌੜਦੀਆਂ ਦੁਨੀਆਂ ਉੱਤੇ ਹੁੰਦੀਆਂ ਗੱਲਾਂ ਕਬੱਡੀ ਪਿੰਡ ਦੇ ਬੋਹੜ ਦੀਆਂ ਅੱਜ 57 ਕਿਲੋ ਭਾਰ ਦੇ ਮੈਚ ਹੈ ਮਾਣਾ ਬੋਧੀ ਵਾਲੇ ਦਾ ਕਬੱਡੀ ਪਾਉਂਦਾ ਲਓ ਸਾਹਮਣੇ ਦੋ ਜਾਫੀ ਬਣਾ ਵਾਲ ਦੀ ਧਰਤੀ ਦੇ ਲਓ ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ ਪਤਾ ਲੱਗ ਜਾਣਾ ਕਿੰਨਾ ਕੱਢੂੰਗਾ ਪਾਣੀ ਅਤੇ ਕੁੰਡੀਆਂ ਦੇ ਸਿੰਘ ਫਸ ਕੇ ਫਿਰ ਨਿੱਤਰੂ ਬਣੇ ਮਖਾਣੀ ਇਸ ਸਮੇਂ ਪੁਆਇੰਟ ਜਿਹੜਾ ਇਹ ਨੌਜਵਾਨ ਬੋਧੀ ਵਾਲੇ ਦਾ ਆਪਦੀ ਟੀਮ ਦੇ ਲਈ ਜੋੜ ਚੁੱਕਿਆ ਹੈ ਪਾ ਵੀ ਗੱਭਰੂ ਆ ਕਬੱਡੀ ਲਓ ਬਲਕਰਨ ਸਿੰਘ ਭਾਈ ਬਖਤੌਰ ਵਾਲਾ ਕਬੱਡੀ ਪਾਉਂਦਾ ਹੈ ਸਾਹਮਣੇ ਚਾਰ ਜਾਫੀ ਹੈ ਕਿਹੜਾ ਨੌਜਵਾਨ ਜਫੇ ਦੀ ਗੱਲ ਕਰੂਗਾ ਅੱਜ ਲਾਸਟ ਮੈਚ ਹੈ ਅੱਜ ਦੇ 7ਵੇਂ ਕਬੱਡੀ ਟੂਰਨਾਮੈਂਟ ਦਾ ਪਹਿਲੇ ਦਿਨ ਦਾ ਕਬੱਡੀ 57 ਕਿਲੋ ਭਾਰ ਦਾ ਕੱਲ੍ਹ ਨੂੰ ਸੁਬਾਹ 10 ਵਜੇ 65 ਕਿਲੋ ਦੇ ਮੈਚਾਂ ਦੀ ਸ਼ੁਰੂਆਤ ਮੇਰੇ ਵੀਰੋ ਹੋਣੀ ਹੈ ਉਸ ਤੋਂ ਬਾਅਦ 75 ਕਿਲੋ ਦੇ ਮੈਚ ਹੋਣਗੇ ਲਓ ਖੇਡ ਦੇ ਮੈਦਾਨ ਵਿੱਚ ਪੁਆਇੰਟ ਜਿਹੜਾ ਰੇਡਰ ਦਾ ਪੁਆਇੰਟ ਬਣਾਵਾਲ ਦੀ ਟੀਮ ਦਾ ਪਾ ਵੀ ਕਬੱਡੀ ਇਹ ਆ ਮਾਣ ਨੌਜਵਾਨ ਬੋਧੀ ਵਾਲੇ ਪਿੰਡ ਦਾ ਲਓ ਖੇਡ ਦੇ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ ਉਧਰਲੇ ਪਾਸੇ ਦੋ ਜਾਫੀ ਸਾਹਮਣਾ ਕਰਦੇ ਹੈ ਕਿਹੜਾ ਨੌਜਵਾਨ ਇਸ ਸਮੇਂ ਬਣਾ ਵਾਲੀ ਪਿੰਡ ਦਾ ਮੰਨੀਆਂ ਪ੍ਰਬੰਧੀਆਂ ਟੀਮਾਂ ਦਾ ਮੁਕਾਬਲਾ ਤੇ ਕੀ ਫੈਸਲਾ ਅੰਪਾਇਰ ਸਾਹਿਬ ਇੰਨੀ ਕਰਨਾ ਹੈ ਲਓ ਇਧਰਲੇ ਪਾਸੇ ਨੌਜਵਾਨ ਲਓ ਖੇਡ ਮੈਦਾਨ ਵਿੱਚ ਜਨਕਾ ਬਣਾ ਵਾਲੀ ਆ ਉਧਰਲੇ ਪਾਸੇ ਚਾਰ ਜਾਫੀ ਸਾਹਮਣਾ ਕਰਦੇ ਹੈ ਕੌਣ ਇਸ ਸਮੇਂ ਜਫੇ ਦੀ ਗੱਲ ਕਰੇਗਾ ਖੇਡ ਦੇ ਮੈਦਾਨ ਵਿੱਚ ਬੋਧੀ ਵਾਲ ਦੀ ਧਰਤੀ ਦੇ ਪੂਰੀ ਵਿਉਂਤਬੰਦੀ ਬਣਾਈ ਹੈ ਲਓ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਬੋਧੀ ਵਾਲੇ ਪਿੰਡ ਦਾ ਨੌਜਵਾਨ ਜਫੇ ਦੀ ਕੋਸ਼ਿਸ਼ ਕਰਦਾ ਹੋਇਆ ਇਸ ਸਮੇਂ ਜੱਫਾ ਜਿਹੜਾ ਲੱਗ ਚੁੱਕਿਆ ਅਤੇ ਪੁਆਇੰਟ ਦੇਖਦੇ ਵੀ ਕਿੱਧਰਲੇ ਪਾਸੇ ਜੁੜਨਾ ਹੈ ਪੁਆਇੰਟ ਇਸ ਸਮੇਂ ਜਾਫੀਆਂ ਦੇ ਲਈ ਜੁੜ ਗਿਆ ਨੌਜਵਾਨ ਨੇ ਤਕੜਾ ਜੱਫਾ ਮਾਰ ਦਿੱਤਾ ਹੈ ਕਿ ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ ਲਾਲ ਗਵਾਚੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਅਤੇ ਮਾਪੇ ਪਾ ਵੀ ਕਬਰੂ ਕਬੱਡੀ ਚੜ੍ਹੀ ਜਵਾਨੀ ਅਤੇ ਚੰਦ ਚੜ੍ਹਿਆ ਕਦੇ ਨਹੀਂ ਗੁੱਜੇ ਰਹਿੰਦੇ ਹੁਸਨ ਹੱਟਾ ਤੋਂ ਮੁੱਲ ਨਹੀਂ ਮਿਲਦਾ ਸੱਚ ਸਿਆਣੇ ਕਹਿੰਦੇ ਕਿਸ ਦੇ ਲੇਖੀ ਕੀ ਲਿਖ ਦਿੰਦਾ ਉਹੀ ਜਾਣਦਾ ਆਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਅਤੇ ਮਾਪੇ ਲਓ ਖੇਡ ਮੈਦਾਨ ਵਿੱਚ ਇਸ ਸਮੇਂ ਨੌਜਵਾਨ ਲੈ ਵੀ ਖਰਾਜੀਆ ਤੇਰਾ ਸਾਥੀ ਬਾਹਰ ਹੋ ਗਿਆ ਪੁਆਇੰਟ ਕਿਉਂਕਿ ਇਸ ਸਮੇਂ ਬੋਧੀਵਾਲ ਦੀ ਟੀਮ ਦੇ ਲਈ ਜੁੜ ਗਿਆ ਪੁਆਇੰਟ ਰੇਡਰ ਦਾ ਪਾ ਵੀ ਬਲਕਰਨ ਸਿੰਘ ਕਬੱਡੀ ਖੇਡ ਦੇ ਮੈਦਾਨ ਵਿੱਚ ਮੁੰਡਾ ਭਾਈ ਬਗਤੌਰ ਵਾਲਾ ਕਬੱਡੀ ਪਾਉਂਦਾ ਹੋਇਆ ਉਧਰ ਚਾਰ ਜਾਫੀ ਬਿਲਕੁਲ ਤਿਆਰ ਹੈ ਲਓ ਦੇਖਦੇ ਵੀ ਕਿਹੜਾ ਗੱਭਰੂ ਜਫੇ ਦੀ ਗੱਲ ਕਰੇਗਾ ਖੇਡ ਦੇ ਮੈਦਾਨ ਵਿੱਚ ਮੈਚ ਚੋਟੀ ਦਾ ਲਓ ਪੂਰਾ ਵਧੀਆ ਮੈਚ ਬਲਕਰਨ ਦੀ ਕਬੱਡੀ ਹੈ ਤਿੰਨ ਜਾਫੀ ਸਾਹਮਣਾ ਕਰਦੇ ਹੈ ਆਹ ਦੇਖਦੇ ਬੋਧੀ ਵਾਲੀ ਆ ਕਬੀਲਦਾਰ ਟੁੱਟ ਕੇ ਪੈ ਗਿਆ ਫਿਰ ਲੱਕ ਨੂੰ ਕਲਾਵੇ ਭਰ ਲਏ ਹੈ ਲਓ ਖੇਡ ਦੇ ਮੈਦਾਨ ਵਿੱਚ ਜੱਫਾ ਲੱਗ ਚੁੱਕਿਆ ਇਸ ਸਮੇਂ ਮੁਕਾਬਲਾ ਸਖਤ ਹੋ ਗਿਆ ਕਿ ਤਿੱਲੀ ਲੌਂਗ ਦਾ ਮੁਕੱਦਮਾ ਭਾਰੀ ਅਤੇ ਥਾਣੇਦਾਰਾ ਫੈਸਲਾ ਸੋਚ ਕੇ ਕਰੀ ਤਿੱਲੀ ਲੌਂਗ ਦਾ ਮੁਕੱਦਮਾ ਭਾਰੀ ਪੁਆਇੰਟ ਸਮੇਂ ਜਾਫੀਆਂ ਦਾ ਪਾ ਵੀ ਮਾਣਿਆ ਕਬੱਡੀ ਇਸ ਸਮੇਂ ਨੌਜਵਾਨ ਮਾਣਾ ਬੋਧੀ ਵਾਲੇ ਪਿੰਡ ਦਾ ਸਾਥੀ ਖਿਡਾਰੀ ਦੇ ਹਲਕੀ ਜੀ ਸੱਟ ਲੱਗੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੂਗਾ ਅਤੇ ਕੱਲ੍ਹ ਉਹ ਫਾਈਨਲ ਦੇ ਵਿੱਚ ਕਬੱਡੀਆਂ ਪਾਊਗਾ ਲਓ ਖੇਡ ਮੈਦਾਨ ਵਿੱਚ ਦੋ ਜਾਫੀ ਬਣਾ ਵਾਲੀ ਪਿੰਡ ਦੇ ਲਓ ਖਰਾਜੀ ਪਰ ਜੱਫਾ ਨਹੀਂ ਲੱਗਿਆ ਕਿਉਂਕਿ ਪਹਿਲਾਂ ਵਾਲਾ ਮੈਚ ਪੂਰਾ ਤਕੜਾ ਖੇਡਿਆ ਗਿਆ ਪੂਰਾ ਜ਼ੋਰ ਲੱਗਿਆ ਅਤੇ ਪੁਆਇੰਟ ਇਸ ਸਮੇਂ ਰੇਡਰ ਦਾ ਪਾ ਵੀ ਜਣਕਿਆ ਕਬੱਡੀ ਅੱਜ ਬਲਕਰਨ ਸਿੰਘ ਢੋਲ ਕੀ ਨਹੀਂ ਆਇਆ ਬਣਾ ਵਾਲੀਆ ਨਹੀਂ ਤਾਂ ਗੱਲਾਂ ਫਿਰ ਹੋਰ ਹੋਣੀਆਂ ਸੀ ਪੰਜਾਬ ਦੀ ਛੋਟੇ ਵਜਨ ਦੀ ਸਭ ਤੋਂ ਮੰਨੀ ਪ੍ਰਮੰਨੀ ਟੀਮ ਹੈ ਬਣਾ ਵਾਲੀ ਦੀ ਕਬੱਡੀ 42 ਕਿਲੋ ਵਿੱਚ 45-48 ਵਿੱਚ ਬੜੇ ਮੇਲੇ ਜਿੱਤੇ ਇਹਨਾਂ ਮੁੰਡਿਆਂ ਨੇ ਅੱਜ ਕੱਲ੍ਹ 57 ਕਿਲੋ ਵਿੱਚ ਗੱਲਾਂ ਹੁੰਦੀਆਂ 58-60 ਵਿੱਚ ਵੀ ਖੇਡਦੇ ਹੈ ਇਹ ਹੈ ਜਣਕਾ ਲਓ ਸਾਹਮਣੇ ਲਵਲੀ ਨੌਜਵਾਨ ਮੇਰੇ ਵੀਰੋ ਇਸ ਸਮੇਂ ਬੋਧੀ ਵਾਲੇ ਪਿੰਡ ਦਾ ਵਜੀ ਕੈਂਚੀ ਖੇਡ ਦੇ ਮੈਦਾਨ ਵਿੱਚ ਸੁਰ ਨੂੰ ਜਾਣਲੀ ਵਾਲੀ ਯਾਦ ਦਵਾਤੀ ਹੈ ਕਿ ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਲਈ ਜੁੜ ਗਿਆ ਲਓ ਖੇਡ ਦੇ ਮੈਦਾਨ ਵਿੱਚ ਅਗਲੀ ਰੇਡ ਮਾਣਾ ਬੋਧੀ ਵਾਲੇ ਦਾ
पैंठ किलो भार की जो किसी ने टीम एंटर करवानी है कल वास्ते तो करवा जे जे कोई टीम आई है जो किसी टीम के प्लेयर आए है तो जे किसी टीम का कोई संपर्क नंबर उन्होंने पिंड की टीम को तो फोन कर देने भी टीम दस बजे तक एंटर की जाएगियाँ कबड्डी पैंठ किलो भार दी टीमों को बेनती है कल न दस बजे तक टीम एंटर हो इधर माणा नौजवान बोधी बल का पॉइंट आपकी टीम के लिए जोड़ गया चल भी गबरूगा पा फिर अगली कबड्डी लाओ खेड मैदान में बलकरन भाई बखतौर वाला सामने चार जाफी सामना करते हैं कि नशिया बचो नशा समैक का माड़ा माड़ा सब तो इश्क जनानिया का बंदा लोड़ तो वध गरीब माड़ा बहुता पैसा मुढ़ परेशानिया का पापी बंदे लाणता जग पाँदा लोग करते माण सदा दानिया का राज लहेड़ी तू छड़ दे ऐब सारे माल ना निक जवानिया का राज लहेड़ी तू छड़ दे ऐब सारे माल ना निक जवानिया का उधर लंगर कमेटी वाले वीर का बहुत बहुत धन्यवाद है गुरु का लंगर जोड़ा सुबह तो लैके तुट वरत रहा है कि अन्न धन की टोट रहे ना भरते रहन भंडारे कुड़िया चिड़िया मंगल गावड़ लाउन कविशर खाड़े जे मालका तू बख्शे बड़ियाइया लगते रहन खुशी दे मेले मिलदी रहन बधाइया लंगर कमेटी वाले वीर बनियो बेनती है गुरु का बख्शिया हुआ लंगर जोड़ा वो तुट वरत रहा जे किसी दर्शक ने खिडारी ने छकना हो सक सकते हो क्यों स्टेज के ग्राउंड के बहरले पासे सुबह तो लैके लंगर का मेरे वीरों प्रबंध किया गया प्रबंधका मनियो जे कोई टीम ज कोई दर्शक न मेरे वीरों प्रशादा पानी छकना तो छक सकते हो लो खेड के मैदान में बलकरन कबड्डी पाँदा है चार जाफी सामना करते हैं उधरले पासे नौजवान कबीलदार ने फिर गुट फड़िया तो कैंची बज गई है ये कबड्डी का महान दा मेरे वीरो इस समय बची हुई कैंची बजती है झूठे लो खेड के मैदान में समा की कहता है पॉइंट केड़ी टीम के लिए जुड़ूगा लो खेड के मैदान में पॉइंट जाफी का पॉइंट बोधी वाले का पा भी माने अगली कबड्डी कि खेडनी होवे कबड्डी तो डहर ये नहीं पाई दा पोह माघ दे महीने छड़ना पैंदा निगर जाईदा जेठ हाड़ दियां धुप्पां विच सहणी पैंदी है कोचां दी मार मित्रो बनना सौखा नहीं कबड्डी का स्टार मित्रो बनना सौखा नहीं कबड्डी का स्टार मित्रो लवे कबड्डी के स्टार खिडारी खेडदे है उधर सुखी सुखजिंदर सिंह नाम है बनाबली पिंड है इधर बराबर का जफा ला दिता है पॉइंट इस समय बनाबली टीम दे जुड़ गया है लो जनका बनाबली आ खेड मैदान में अगली कबड्डी पाँदा है जनक सिंह जनका छोटी जी उम्र है खेड बड़ी सोहनी है इस जवान की लो खेड के मैदान में जनके की रेड सामने चार जाफी कि गबरू जफे की गल करेगा लो कल 65 किलो भार वर्ग के 75 किलो के मैच होंगे परसों कबड्डी जिला पद्धर ओपन तो कबड्डी आल ओपन की गल होगी इधरले पासे मेरा ख्याल भी कबीलदार ने फिर गड्डा डिंगा कर दिता है जनके आ प्यार पुत सियाणा खिडारी है लत नहीं मारनी कोई गल नहीं कोई गल नहीं पा भी जवाना अगली कबड्डी लो माणा बोधी वाले पिंड का खेड मैदान में फिर कबड्डी पाँदा है कि करके याद गुरानू रेडर दंदे ने मत्था टेक जिस जाफी बनाई पकड़ लाउंदा रेडर की ब्रेक जिथे रेडा पैंदियां धरती विच पैंदे छेक नंगे पिंडे लिशकदी लिशकदे सारी दुनिया रही है वेख मैच उहने आखिर जितना जी दे जित लिखी विच लेख लो खराजी इस समय नौजवान बनाबली पिंड का ला तकड़ा जफा पॉइंट आपकी टीम के लिए जोड़ दिता है ये अखरा जी बना बल गया अगली कबड्डी बलकरन की पैंदी है शाम सुहाणी हो गई है सूरज देवता भी घर नू चले गए है अज के दिन का लास्ट मैच है कबड्डी 57 किलो भार दा बलकरन इस समय खेड मैदान में कबड्डी पाँदा होया चार जाफी बिल्कुल तैयार वर तैयार है बोधी वाल दे लवली हुणी काले हुणी किहड़ा नौजवान इस समय जफे की गल करेगा लो खेड मैदान में बलकरन वध कबड्डी पाँदा है उधर दर्शकों के भी काफ़ी आसा मेरे वीरो बनाबल की टीम उपर है क्योंकि टीम पूरी चोटी दी है ये है बलकरन सिंह इस समय पॉइंट भाई बखतौर वाला आपकी टीम के लिए जोड़ गया है पा भी जवाना कबड्डी खेड मैदान में मेरे वीरो बराबर का मैच है बराबर दियां टीमां हुण देखदे भी किहड़ी टीम के हिस्से जिहड़ी जित आउणी है किहदे कर्मां विच अज इस राणियां दे कबड्डी कप दी जित लिखी है लो माणा बोधी वाले का कबड्डी पाउण लई वाधा सामने दो जाफी है ਕਿਹੜਾ ਗੱਭਰੂ ਜੱਫੇ ਦੀ ਗੱਲ ਕਰੇਗਾ ਇਹ ਆ ਸੁਖਜਿੰਦਰ ਸਿੰਘ ਸੁਖੀ ਪਰ ਪੁਆਇੰਟ ਮੇਰੇ ਵੀਰੋ ਰੇਡਰ ਦੇ ਲਈ ਜੁੜ ਗਿਆ ਬੋਧੀਵਾਲ ਦੀ ਟੀਮ ਦੇ ਲਈ ਪੁਆਇੰਟ ਆ ਗਿਆ ਚੱਲੋ ਜਨਕਿਆ ਪਾ ਕਬੱਡੀ ਲਓ ਖੇਡ ਮੈਦਾਨ ਵਿੱਚ ਜਨਕਾ ਬਣਾ ਮਾਲੀਆ ਕਬੱਡੀ ਪਾਉਂਦਾ ਹੋਇਆ ਉਧਰਲੇ ਪਾਸੇ ਚਾਰ ਜਾਫੀ ਬਿਲਕੁਲ ਤਿਆਰ ਹੈ ਕਿਹੜਾ ਨੌਜਵਾਨ ਜੱਫੇ ਦੀ ਗੱਲ ਕਰੇਗਾ ਇਹ ਆ ਲਵਲੀ ਲਵਲੀ ਬੋਧੀ ਵਾਲੇ ਪਿੰਡ ਦਾ ਲਓ ਵੱਜੀ ਹੋਈ ਕੈਂਚੀ ਮੇਰੇ ਵੀਰੋ ਫੜਿਆ ਹੋਇਆ ਗੁੱਟ ਵੱਜਦੇ ਝੂਟੇ ਜਨਕਾ
लवड़ी ते यनका ते वेखो च पट्टी है मुकाबले सख्त हो गए है इस समय गिटा चक्या फिर शहरों बड़े घा के वांगू कमाल कर दती है ढागे उत्ते बहन बड़ी गल कर दती है ते पॉइंट इस समय जनके दे ली जा जाफी दे ली जुड़ गया है पॉइंट बोधी बल दा भावी कबरू कबड्डी बी पॉइंट अभी जिदे हो गए जित जूगी असी कि कुछ बिचो लुकाना जो हो गए विसल मार देंगे भी पॉइंटा च भी कबड्डिया एक टीम आवी कबरूआ लाओ खेड के मैदान में उस समय माणे की रेड पै गई है उधर दो जाफी सामना करते हैं बणा वाली उधर मेला कोच भी पुजा टीम लैके वड्डी मेहनत करवाउंदा मेला बणा वाली आ इधर डबल टच है पॉइंट माणे ने जोड़ दिता आपकी टीम के लिए भावी बलकरण सिंह फिर अगली कबड्डी भावी गबरू कबड्डी लाओ बलकरण मेरे भीरों कबड्डी पाँगा हो चार जापी सामने बोधी वाला पिंड खिडारियों का किड़ा नौजवान इस समय जफा लावेगा जिहड़ी टीम जितगी फाइनल में पहुँच जू एक नाम की हकदार बन जू अज फिर मेरे भीरों तीन तरीक का इतिहास रचा जाऊ राणिया के कबड्डी कप का लाओ सामने फिर इस समय नौजवान कबीलदार जी हाथ जुड़ गए है उधरले पासे बलकरण मुस्कराउंदा बोलां दे विच कि पॉइंट आपकी टीम के लिए जोड़ता है तो पॉइंट इस समय लंगर दी प्रबंधक कमेटी जिहड़ी है चारों मैंबर स्टेज के नज़दीक आउण लंगर दी प्रबंधक कमेटी लाओ माणा खेड के मैदान में कबड्डी पा रहे उधर लंगर प्रबंधक कमेटी वाले वीर सुबह तो लेके बड़ी सेवा की है बड़े ठंडे मिठ सुभा दे नाल लंगर बरताया दर्शकों खिडारियों वो आउण स्टेज के नेड़े लाओ पॉइंट इस समय माणे ने जोड़ दिता है बोधीवाल की टीम के लिए एक खिडारी वीरां नूं बेनती है भी इतों मैट चुक के बाहर मोटर से लै गए है गिलास लै गए है ये गल वधिया नहीं है तो दोबारा तो इस तरह की हरकत ना की जाए टीम वाले वीर बेनती है जिहड़े जिहड़े मैट इतों तुसी लै गए हो वो मैट वापस रख जो क्योंकि प्रबंधकों ने गिनती दे विच टेंट वाले नूं देने आ मैट हैलो हैलो भावी माणिया कबड्डी कुछ पहले से चलते हुए मैच के जो बाकी है पहला सैमीफाइनल दूजा सैमीफाइनल तड़के खेडा जाऊगा कुत्ता बढ़ते देसू योधे दी टीमों का लाओ सामने खराजी इस समय नौजवान बणा वाली पिंड का लाओ गुट नूं फड़िया मेरे वीरों कैंची लाने की करता कोशिश इस समय देखते भी पॉइंट कि टीम के लिए जुड़ेगा पर पॉइंट देखते भी नौजवान माणे ने जोड़ दिता है बोधीवाल की टीम के लिए बहुत सोहना अंक इस समय रेडर के लिए आ गया है लो जनका बणा वाली पिंड का खेड मैदान में कबड्डी पाँदा है 57 किलो भार का यादगारी मैच बन गया इतू पहला भी मैच पूरा चोटी का होया लो जनका बणा वाली आ उधर चार जाफी बोधी वाले पिंड है हाँ देखते भी नौजवान इस समय काफ़ी समय तो कोशिश की है दो भरा कबड्डी खेडते हैं दोवें जाफ लैंड में खड़े है इस समय फिर नौजवान ने जफा ला दिता बल्ले बल्ले करवा दी है लो जनका बणा वाली आ कहिंदा ईण नहीं मनदा पर पॉइंट मेरे वीर इस समय जाफियां दा पॉइंट बोधीवाल टीम दा अगले जो सैमीफाइनल तड़के मैच होगा कुत्ता बढ़ते देसूजो का वो टीम जे टीम ने रहना है साड़ी कमेटी को अपने नाम लिखा देने जिन्हें बंद ने जे कोई टीम ने रहना लंगर पानी उन्होंने प्रबंध करना बिस्तरिया का टीमों वाले बेनती है जिन्हिया टीमों के प्लेयर ने इतने रहना है वो आपो आपके वीरे नाम लिखा दियो अज का यह लास्ट मैच है ठीक है जी हैलो मंगा जी सारा प्रबंध है बिस्तरिया का भी लंगर का भी ठीक है जी जिन्हिया टीमों ने रहना वो आपके दस दौ जी किन्ने बंदे है प्रबंधकों को लिखा देंगे मेरी बेनती है लव सुखी बणा वाली दे पॉइंट रेडर के लिए जुड़ चुका है मैच की समाप्ति है ये वो टीम जी मेरे वीरों जित गई है वो बोधीवाल की टीम फाइनल में पहुँच गई है लाओ बुलाओ फतेह श्री वाहगुरु जी का खालसा श्री वाहगुरु जी की फतेह तड़के मिलेंगे भी 9 बजे सारिया टीमों वाले प्लेयर 9 बजे आ जाएंगे तड़के बेनती है लै भी साउंड वाले तेरा विशेत्र से धन्यवाद है बई बड़ी सोहनी आवाज़ खेड़ मेरे नूं बख्शी है उधर टेंट वाले वीर का चाह वाले का कली वाले का लंगर वाले का